ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਭਤੀਜੇ ਮਰਦੇ ਮੁਜਾਹਿਦ ਅਮਦੀਮੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਨੂੰ ਬੇਨਤੀ ਹੈ ਨਿਮਰਤਾ ਸਹਿਤ ਕਿਉਂਕਿ ਇਹ ਸਤਿਕਾਰਤ ਹਸਤੀਆਂ ਹੁੰਦੀਆਂ ਇਹਨਾਂ ਨੂੰ ਅਸੀਂ ਸਾਡੀ ਔਕਾਤ ਨਹੀਂ ਸਮਾਂ ਦੇ ਸਕੀਏ ਇਹ ਜਿੰਨਾ ਵੀ ਸਮਾਂ ਚਾਹੁਣ ਇਹ ਸਮਾਂ ਲੈ ਸਕਦੇ ਨੇ ਉਹਨਾਂ ਦੇ ਬੋਲਣ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਨਮਾਨ ਜ਼ਰੂਰ ਕਰਨਾ ਸਾਰੀਆਂ ਸੰਗਤਾਂ ਗੱਜ ਕੇ ਜਕਾਰਾ ਬੁਲਾਓ ਬੋਲੋ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਖਾਲਸਾ ਸਾਧ ਸਿੰਘ ਜੀ ਆਪ ਸੰਗਤਾਂ ਮਹੀਨਿਆਂ ਬੱਧੀ ਦਿੱਲੀ ਦੇ ਬਾਰਡਰਾਂ 'ਤੇ ਚਾਰ ਸਵੇਰੇ ਬੜੇ ਲੰਮੇ ਸਮੇਂ ਤੋਂ ਬਹੁਤ ਹੀ ਤਹੱਮਲ ਦੇ ਨਾਲ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਉਹਨਾਂ ਦੇ ਪ੍ਰੋਗਰਾਮ ਅਨੁਸਾਰ ਬਹੁਤ ਹੀ ਸ਼ਾਂਤਮਈ ਢੰਗ ਦੇ ਨਾਲ ਇਸ ਸੱਤਿਆਗ੍ਰਹਿ ਦੇ ਵਿੱਚ ਅੰਦੋਲਨ ਦੇ ਵਿੱਚ ਬੜੀ ਸਿਦਕ ਦਿਲੀ ਨਾਲ ਭਾਗ ਲੈ ਰਹੇ ਹੋ ਆਓ ਸਭ ਤੋਂ ਪਹਿਲਾਂ ਦਸ ਦੀ ਹਾਜ਼ਰੀ ਲਵਾਓ ਸਾਰੀਆਂ ਸੰਗਤਾਂ ਨੇ ਗੱਜ ਕੇ ਫਤਿਹ ਬੁਲਾਉਣੀ ਕੋਈ ਵੀ ਢਿੱਲੀ ਜੀ ਫਤਿਹ ਨਾ ਬੋਲਿਓ ਸਾਰੇ ਗੱਜ ਕੇ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ ਵੱਖ ਵੱਖ ਸਮਿਆਂ 'ਤੇ ਜਦੋਂ ਕੋਈ ਇਤਿਹਾਸਿਕ ਦਿਹਾੜੇ ਆਉਂਦੇ ਨੇ ਉਦੋਂ ਆਪ ਜੀ ਨਾਲ ਵਿਚਾਰਾਂ ਸਾਂਝੀਆਂ ਕਰਨ ਵਾਸਤੇ ਹਾਜ਼ਰ ਹੁੰਦਾ ਹੈ ਆਪ ਜੀ ਦਾ ਬਹੁਤਾ ਸਮਾਂ ਨਹੀਂ ਲੈਣਾ ਭਾਵੇਂ ਸਟੇਟ ਸੈਕਟਰੀ ਨੇ ਕਿਹਾ ਕਿ ਖੁੱਲ੍ਹਾ ਸਮਾਂ ਲਾ ਸਕਦੇ ਹੋ ਪਰ ਬਹੁਤ ਹੀ ਤਜਰਬੇਕਾਰ ਗੁਰਮੁਖ ਪਿਆਰੇ ਜਿਨ੍ਹਾਂ ਨੇ ਆਪ ਜੀ ਨਾਲ ਵਿਚਾਰਾਂ ਰੱਖਣੀਆਂ ਹੁਣੇ ਹੀ ਭੰਗੂ ਸਾਹਿਬ ਨੇ ਆਪ ਜੀ ਨਾਲ ਅੱਜ ਤੱਕ ਜਿਹੜਾ ਸੰਘਰਸ਼ ਦਾ ਰਿਜ਼ਲਟ ਹੈ ਉਹਦੇ ਬਾਰੇ ਤੁਹਾਡੇ ਨਾਲ ਬੜੇ ਸੰਖੇਪ ਸ਼ਬਦਾਂ ਦੇ ਵਿੱਚ ਡੂੰਘੀਆਂ ਗੱਲਾਂ ਕੀਤੀਆਂ ਸਾਧ ਸਿੰਘ ਜੀ ਅੱਜ ਇੱਕ ਬਹੁਤ ਹੀ ਇਤਿਹਾਸਿਕ ਦਿਹਾੜਾ ਹੈ ਕਿਉਂਕਿ ਜ਼ੁਲਮ ਨਾਲ ਹਮੇਸ਼ਾ ਸਬਰ ਦੀ ਟੱਕਰ ਰਹੀ ਆ ਅੱਜ ਆਪਾਂ ਹੀ ਨਹੀਂ ਕਿ ਆਪਾਂ ਵੱਖ ਵੱਖ ਸੜਕਾਂ 'ਤੇ ਬੈਠੇ ਹਾਂ ਸਰਦੀਆਂ 'ਚ ਬੈਠੇ ਰਹੇ ਧੁੰਦ ਦੇ ਵਿੱਚ ਬੈਠੇ ਰਹੇ ਬਰਸਾਤ ਦੇ ਵਿੱਚ ਬੈਠੇ ਰਹੇ ਗਰਮੀ ਆ ਗਈ ਤਾਂ ਵੀ ਤਿਆਰੀਆਂ ਕਰੀ ਬੈਠੇ ਹਾਂ ਵੀ ਕੋਈ ਗੱਲ ਨਹੀਂ ਕਦੇ ਨਾ ਕਦੇ ਇਸ ਦੇਸ਼ ਦੇ ਰਾਜੇ ਦੀ ਅੱਖ ਖੁੱਲ੍ਹੇਗੀ ਜ਼ਰੂਰ ਔਰ ਕੇਵਲ ਅੱਖ ਹੀ ਨਹੀਂ ਖੁੱਲ੍ਹੇਗੀ ਪਛਤਾਵਾ ਵੀ ਹੋਵੇਗਾ ਕਿ ਜਿਨ੍ਹਾਂ ਨੂੰ ਅੰਨਦਾਤਾ ਕਹਿ ਕੇ ਸਤਿਕਾਰ ਦੇ ਰਹੇ ਉਹਨਾਂ ਨੂੰ ਮਹੀਨਿਆਂ ਬੱਧੀ ਸੜਕਾਂ 'ਤੇ ਰੋਲਿਆ ਇਹ ਕਦੇ ਨਾ ਕਦੇ ਅਹਿਸਾਸ ਹੋਏਗਾ ਸੋ ਜਿਵੇਂ ਭੰਗੂ ਜੀ ਨੇ ਕਿਹਾ ਕਿ ਜਿੱਤ ਆਪਣੀ ਹੋਣੀ ਆ ਜਿੱਡਾ ਵੱਡਾ ਸਬਰ ਜਿੱਡਾ ਵੱਡਾ ਸਿਦਕ ਤੁਸੀਂ ਸਾਰੇ ਰੱਖ ਕੇ ਬੈਠੇ ਹੋ ਇਹ ਯਕੀਨੀ ਹੈ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਪਰ ਅੱਜ ਦੇ ਦਿਹਾੜੇ ਬਾਰੇ ਦਾਸ ਨੇ ਆਪ ਜੀ ਦੇ ਸਿਰਫ 10 ਮਿੰਟ ਲੈਣੇ ਅੱਜ ਦੇ ਦਿਨ ਜਿਹਦੀ ਆਪਾਂ ਰੋਜ਼ ਸਿੱਖ ਇਤਿਹਾਸ ਦੇ ਵਿੱਚ ਸਿੱਖ ਪੰਥ ਦੇ ਵਿੱਚ ਅਰਦਾਸ ਕਰਦੇ ਹਾਂ ਕਿ ਧੰਨ ਉਹ ਗੁਰੂ ਕੇ ਸਿੱਖ ਹੈ ਜਿਹੜੇ ਚਰਖੜੀਆਂ 'ਤੇ ਚੜ੍ਹੇ ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਵਾਹਿਗੁਰੂ ਬੋਲਦੇ ਹਾਂ ਅੱਜ ਉਹਨਾਂ ਦੋ ਸਿੱਖਾਂ ਦੀ ਸ਼ਹੀਦੀ ਦਾ ਦਿਹਾੜਾ ਹੈ ਭਾਈ ਸ਼ਬੇਗ ਸਿੰਘ ਭਾਈ ਸ਼ਹਿਬਾਜ ਸਿੰਘ ਦੋਵੇਂ ਪਿਤਾ ਪੁੱਤਰ ਨੇ ਜਿਹੜਾ ਜਨਰਲ ਜਿਹੜਾ ਭਾਈ ਸ਼ਬੇਗ ਸਿੰਘ ਇਹ ਸਰਦਾਰ ਬਹੁਤ ਕਰਨੀ ਵਾਲਾ ਕਮਾਈ ਵਾਲਾ ਪੁਲਿਸ ਵਿੱਚ ਭਰਤੀ ਸੀ ਜਦੋਂ ਜ਼ਕਰੀਆ ਖਾਨ ਲਾਹੌਰ ਦਾ ਸੂਬੇਦਾਰ ਸੀ ਜਦੋਂ ਦੋ ਵਾਰ ਸਿੱਖਾਂ ਨਾਲ ਸਮਝੌਤੇ ਵੀ ਹੋਏ ਅਹਿਦਨਾਮੇ ਹੋਏ ਅਤੇ ਉਹਨਾਂ ਅਹਿਦਨਾਮਿਆਂ ਨੂੰ ਤੋੜ ਕੇ ਜ਼ੁਲਮ ਦੇ ਰਾਹ 'ਤੇ ਤੁਰਦਾ ਰਿਹਾ ਜ਼ਕਰੀਆ ਖਾਨ ਫਿਰ ਇੱਕ ਸਮਾਂ ਆ ਗਿਆ ਜਦੋਂ ਸਿੱਖਾਂ ਨੂੰ ਖਤਮ ਕਰਨ ਵਾਸਤੇ ਤੁਰ ਪਿਆ
वो एक छोटा जि इतिहास मैं आप जी ने साझा करा। इतिहास तो बड़ा व्डा पर संखेप बेनती करा कि जदों भाई तारू सिंह फड़िया तो कारण की सी, कहिंदा भी तू लंगर छकाउणा। साध संगत जो सरकारां ने कोई तशद्दुद करना हुंदा है उदों बहाने बड़े घटिया घटदे आ। अपने ते भी जनवरी विच बहुत सारे संतां महापुरखां ते मेरे ते भी इन्हां ने केस कर दिता भी तुसीं लंगर छकाउणे आ, भी जदों यही कौम दूजिया स्टेटां दे विच भुख मरी हुंदी उदों लंगर छकाउंदी है, कि हड़ आ जांदे उत्थे लंगर छकाउंदे आ। आ करोना दे विच सारी दुनिया दे विच सिखां ने लंगर छकाया, उदों तक इन्हें बड़े चंगे आए। तो जे हुण आपदे किसानां भरावां नूं लंगर छकाउणा तो हुण जुल्म हो गया। रहो विचार भाई जग भाई तारू सिंह नूं फड़िया भी तूं लंगर छकाउणा आए गए सिखां नूं, वो कहिंदा भी ते गुरु नानक साहब दा लंगर है ते मेरी मां बड़ी धर्मी मां है ते वो 40-50 बंदियां दा लंगर रोज़ तैयार कर लैंदी आ। ये नहीं भी साढ़े घरे सिख ही आउंदे ने, कोई राही पांदी क्योंकि राह दे उत्ते साडा घर है ते कोई भी ठहरदा, असीं सारयां नूं लंगर छकाउणे आ। जे तुसीं CID कीती है, तुसीं आपदा पता कीता है, थोनू गुप्त रिपोर्टा मिलिया ने, तो यह भी रिपोर्ट मिली होनी है कि लंगर तो सारे छकाने। तो कहिंदे तुसी जिहड़े साडे सरकार दे बागी लोग है उन्हां नू पनाह भी दिंदे आ, कहिंदे भी कोई रहण वास्ते भी कोई रात रुक जावे तो असी किसी नू मना नहीं करदे। वो च कौन बागी ने ते कौन सरकार दे हमायती ने इहदे बारे सानू पता नहीं। कहिंदे नहीं तो ये गल्लां बनाउणा है। इतिहास आप जानते हो कि बड़े विचार चर्चा हुई, अखीर जकरिया खान ने तसीहे दे के भाई तारू सिंह नूं शहीद करन दा मन बनाया ते कहा भी इस दे सब तो पहला ये सिखी सिखी कूकदे आ ना, इहदे केस कट्टो। ते भाई तारू सिंह ने अरदास कीती, साध संगत अरदास दी बड़ी शक्ति हुंदी है। अरदास कीती, गुरु महाराज मेरा बंद बंद कट्टिया जाए मैं बर्दाश्त कर सकदा, मैनू गोलियां मार के शहीद कर दिता जाए मैं बर्दाश्त कर सकदा, पर मेरे केस कट्टे जाण इहनू मैं किवें रोकां, इह मेरे वस दी गल नहीं, इह हुण तुसीं कृपा करो मेरे केस ना कट्टे जाण। साध संगत ऐसी महाराज ने अरदास सुनी, जिहड़ा बंदा सद्या सी ना केस कट्टण वास्ते ना ही सद्या सी, उहने यतन कीते पर केस ना कट्टे गए। फिर कह दिता कि इहदा खोपरा ही तार दो, जे केस नहीं ना कट्टी दे खोपड़ तार दो, खोपड़ तार दिता। तो कहा गया भाई तारू सिंह नूं वी तेरे केस तां नहीं कट्टे गए, पता नहीं तू की मंत्र पढ़िया पर तेरा हुण खोपड़ तारिया जाऊ। बड़ा खुश होया, बड़ा प्रसन्न होया भाई तारू सिंह। कहिंदे तैनूं कहदी खुशी, तेरा तां खोपड़ ही तार देना, केस कट्टे जांदे तां तेरा विगड़ना ही कुछ नहीं सी। कहिंदे नहीं तुसीं इस खेड नूं नहीं जाणदे, मेरे गुरु ने बड़ी कृपा की है। फिर खोपड़ तार दिता। इतिहास दसदा है कि 21 दिन भाई तारू सिंह खोपड़ लथे तो भी बैठा रहा चौंकड़ा मार के, तो रोज़ आके पुछते ने कि भाई साहब तुसी की चाहते हो। कहिंदे मैं की चाहना, मेरा खोपड़ तारिया तुसी मैनू बन्निया होया, मैं तो बैठा। मैं संखेप विच बेनती करा कि उदों भी भाई शवेक सिंह इस पुलिस दे विच चंगे अहुदे ते अहुदेदार सी, पुलिस विच जकरिया खान दी पुलिस विच। ते जकरिया खान बीमार हो गया, बन पै गया, बड़े उहने हकीमां नूं हुकमतां कीतियां पर उहनूं आराम ना आया। फिर शवेक सिंह नूं पुछिया भी तूं दस कुछ इहदा इलाज हो सकदा है, भी जिहड़ा मैं एक सिख दे नाल इन्ना धक्का कीता है किते उह गल तां नहीं मेरे ते वापर रही। उह कहिंदा भी मैं तारू सिंह नूं पुछ आउणा। भाई तारू सिंह नूं कहा कि भाई तारू सिंह तेरी फतेह हुई है, गुरु ने तेरी अरदास सुनी है, जकरिया खान का हालत है, भी दस इहदा इलाज की है। वह कहिंदा भी मैं अरदास की सी, मरना तो सब नहीं है, एक दिन चले जाना इत्थों। मैं अरदास की, सतगुरु जी जिहड़ा साडी कौम ते एडे जुल्म करदा है उहनूं मैं जुत्ती दे अगे ला के लिजावां,
ਤੇ ਮੇਰੀ ਇਹ ਇੱਛਾ ਹੈ, ਮੇਰੀ ਮਨਸਾ ਹੈ, ਜੇ ਪੂਰੀ ਕਰ ਦੇਵੋ ਤਾਂ ਆਪ ਜੀ ਦਾ ਬਹੁਤ ਸ਼ੁਕਰਗੁਜ਼ਾਰ ਹੋਵਾਂਗਾ। ਕਹਿੰਦੇ ਅੱਛਾ, ਤੇ ਫਿਰ ਕਹਿੰਦੇ ਹੁਣ ਕਹਿੰਦੇ ਆ ਮੇਰਾ ਜੋੜਾ ਲਾਇਆ ਪਿਆ ਨਾ, ਇਹ ਲੈ ਜਾਓ। ਇਹ ਜੋੜਾ ਲਿਜਾ ਕੇ ਜਦੋਂ ਜ਼ਕਰੀਆ ਖਾਨ ਦੇ ਸਿਰ 'ਚ ਮਾਰੋਗੇ ਨਾ ਤਾਂ ਉਹਦੀ ਮੌਤ ਹੋਏਗੀ, ਨਹੀਂ ਤਾਂ ਦੁਖੀ ਹੋਈ ਰਹੇਗਾ। ਇਵੇਂ ਕੀਤਾ ਗਿਆ, ਬੜਾ ਸ਼ਰਮਿੰਦਾ ਵੀ ਹੋਇਆ ਜੋ ਦੱਸਿਆ ਵੀ ਆਹ ਗੱਲ ਹੋਣੀ। ਕਹਿੰਦਾ ਉਹ ਸ਼ਰੀਅਤ ਦਾ ਮੈਂ ਕਰਤਾ ਧਰਤਾ, ਮੈਂ ਹਾਕਮ ਇਸ ਦੇਸ਼ ਦਾ, ਇੱਕ ਸੂਬੇ ਦਾ, ਪ੍ਰਾਂਤ ਦਾ, ਮੇਰੇ ਨਾਲ ਆਹ ਗੱਲ ਸਿੱਖਾਂ ਅਤੇ ਜ਼ੁਲਮ ਕਰਦਿਆਂ ਕਰਦਿਆਂ ਉਹਨਾਂ ਦੀਆਂ ਜੁੱਤੀਆਂ ਖਾਵਾਂ ਮੈਂ। ਪਰ ਇਹ ਕੁਝ ਹੋਇਆ ਜਦੋਂ ਭਾਈ ਤਾਰੂ ਸਿੰਘ ਦਾ ਜੋੜਾ ਉਹਦੇ ਸਿਰ 'ਚ ਜੁੱਤੀ ਮਾਰੀ ਗਈ ਨਾ, ਫਿਰ ਮਰਿਆ ਸੀ। ਅਤੇ ਉਹਦੇ ਪੁੱਤਰ ਨੂੰ ਬਾਅਦ ਵਿੱਚ ਵੀ ਫੌਜ ਪੁਲਿਸ ਵਿੱਚ ਭਰਤੀ ਕਰ ਲਿਆ, ਜਿਹਦਾ ਨਾਂ ਸ਼ਹਿਬਾਜ਼ ਸਿੰਘ ਹੈ। ਸ਼ਹਿਬਾਜ਼ ਸਿੰਘ ਬੜਾ ਪੜ੍ਹਿਆ ਲਿਖਿਆ ਸੀ, ਮਦਰੱਸੇ ਪੜ੍ਹਿਆ ਸੀ, ਕਾਜ਼ੀ ਨੇ ਇੱਕ ਨੇ ਪੜ੍ਹਾਇਆ ਸੀ, ਬੜਾ ਸੁੰਦਰ ਸੀ, ਨੌਜਵਾਨ ਸੀ, ਪਰ ਸਿੱਖੀ ਦੇ ਵਿੱਚ ਬੜਾ ਪ੍ਰਪੱਕ ਸੀ। ਜਦੋਂ ਨੌਜਵਾਨ ਉਮਰ ਦੇਖੀ ਤਾਂ ਕਾਜ਼ੀ ਨੇ, ਜਿਹੜਾ ਕਾਜ਼ੀ ਉਹਦਾ ਉਸਤਾਦ ਸੀ, ਉਹਨੇ ਚਾਹਿਆ ਕਿ ਮੈਂ ਇਹਨੂੰ ਇਸਲਾਮ ਵਿੱਚ ਲਿਆ ਕੇ ਆਪਣੀ ਲੜਕੀ ਦਾ ਰਿਸ਼ਤਾ ਦੇ ਦਿਆਂ। ਇਤਿਹਾਸ ਇਹ ਵੀ ਦੱਸਦਾ ਹੈ ਕਿ ਜਦੋਂ ਜ਼ਕਰੀਆ ਖਾਨ ਤਾਂ ਮਰ ਗਿਆ, ਉਸਦਾ ਪੁੱਤਰ ਜਹੀਆ ਖਾਨ ਉਹ ਉਦੋਂ ਹਾਕਮ ਬਣਿਆ, ਸੂਬੇਦਾਰ ਬਣਿਆ, ਅਤੇ ਅੱਗੇ ਉਹਦੀ ਜਿਹੜੀ ਪੁੱਤਰੀ ਸੀ ਉਹ ਵਿਆਹਣ ਵਾਲੀ ਸੀ। ਉਹਨੇ ਕਿਹਾ ਮੈਂ ਆਪਣੀ ਪੁੱਤਰੀ ਦਾ ਨਿਕਾਹ ਕਰਦਿਆਂ ਜੇ ਇਹ ਮੁਸਲਮਾਨ ਬਣ ਜਾਵੇ। ਇਹ ਇਤਿਹਾਸ ਹੈ ਸਾਧ ਸੰਗਤ 'ਚ, ਕਿਸੇ ਕੌਮ ਦੀ ਗੱਲ ਨਹੀਂ। ਸਿੱਖੀ ਦੀਆਂ ਜੋ ਪਿਰਤਾਂ ਨੇ ਕਲਗੀ ਧਰਮਾਰੇ ਦੀ, ਸਿੱਖੀ ਦਾ ਐਡਾ ਰੁਤਬਾ ਅਤੇ ਐਡੀ ਸ਼ਕਤੀ ਹੈ। ਜਦੋਂ ਸ਼ਹਿਬਾਜ਼ ਸਿੰਘ ਨੂੰ ਇਹ ਪੁੱਛਿਆ ਗਿਆ, ਉਹ ਕਹਿੰਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਕਲਗੀ ਧਰਮਾਰੇ ਨੇ ਸਾਨੂੰ ਅੰਮ੍ਰਿਤ ਦੀ ਦਾਤ ਦਿੱਤੀ ਹੈ, ਜਦੋਂ ਤੋਂ ਮੈਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਿਆ, ਮੈਂ ਕਹਿ ਦਿੱਤਾ ਕਿ ਇਹ ਸਿਰ 'ਤੇ ਹੁਣ ਗੁਰੂ ਮਹਾਰਾਜ ਦਾ, ਖਾਲਸੇ ਪੰਥ ਦਾ, ਜਿੱਥੇ ਲੋੜ ਹੋਈ ਵਰਤ ਸਕਦਾ, ਅਤੇ ਮੈਂ ਥੋੜ੍ਹਾ ਹੁਣ ਆਪਦੇ ਸਿਰ ਤੋਂ ਕੇਸ ਕਟਾ ਕੇ ਮੁਸਲਮਾਨ ਬਣ ਜਾ, ਨਹੀਂ ਬਣ ਸਕਦਾ। ਅਤੇ ਫਿਰ ਜਿੱਦ ਦੇ ਵਿੱਚ ਪਿਆ, ਜਿਵੇਂ ਅੱਜ ਸਰਕਾਰਾਂ ਜਿੱਦ ਦੇ ਵਿੱਚ ਪਈਆਂ ਨਾ, ਈਗੋ ਹੀ ਹੈ ਨਾ। ਆ ਪੰਗੂ ਸਾਹਿਬ ਨੇ ਦੱਸਿਆ, ਮੰਨਦੇ ਨੇ ਵੀ ਸਾਡੇ ਕਾਨੂੰਨ ਗਲਤ ਨੇ, ਇੱਕ ਮਾਫ਼ ਕਰ ਦਿੰਦੇ ਹਾਂ, ਦੋ ਰੱਦ ਕਰ ਦਿੰਦੇ ਹਾਂ, ਤੀਜੇ ਨੂੰ ਵੀ ਤਿਆਰ ਬੈਠੇ, ਪਰ ਕਹਿਣਾ ਔਖਾ। ਇਹ ਈਗੋ ਔਰ ਕੀ ਹੁੰਦੀ, ਜਿੱਦ ਹੈ। ਸਾਧ ਸੰਗਤ ਜਿੱਦ ਪੈ ਗਿਆ, ਜਿੱਦ ਪੈ ਕੇ ਕਹਿੰਦਾ ਨਹੀਂ, ਜਾਂ ਤਾਂ ਤੂੰ ਮੁਸਲਮਾਨ ਬਣ ਜਾ, ਅਤੇ ਨਹੀਂ ਤੁਹਾਡੇ 'ਤੇ ਤਸੀਹੇ ਹੋਣਗੇ। ਦੋਵਾਂ ਪਿਓ ਪੁੱਤਰਾਂ ਨੂੰ ਅਰੈਸਟ ਕਰ ਲਿਆ, ਵੱਖ ਵੱਖ ਕੋਠੜੀਆਂ ਦੇ ਵਿੱਚ, ਕਾਲ ਕੋਠੜੀ 'ਚ ਬੰਦ ਕਰ ਦਿੱਤਾ। ਕਿਹਾ ਕਿ ਜਦੋਂ ਇਹ ਮੰਨ ਜਾਣ ਇਹਨੂੰ ਛੱਡ ਦਿਓ, ਜੇ ਨਾ ਮੰਨਣ ਤਾਂ ਫਿਰ ਦੱਸਿਓ ਸਾਨੂੰ। ਕਈ ਦਿਨ ਬੰਦ ਰੱਖਿਆ, ਫਿਰ ਇੱਕ ਤਰੀਕਾ ਵਰਤਿਆ। ਕਿਹਾ ਕਿ ਇੱਕ ਦਿਨ ਭਾਈ ਸ਼ਵੇਕ ਸਿੰਘ ਨੂੰ ਕਹਿੰਦੇ ਆ, ਸ਼ਵੇਕ ਸਿੰਘ ਤੇਰਾ ਪੁੱਤਰ ਮੰਨ ਗਿਆ, ਨਹੀਂ ਸ਼ਹਿਬਾਜ਼ ਸਿੰਘ ਨੂੰ ਕਿਹਾ ਕਿ ਤੇਰਾ ਪਿਤਾ ਮੰਨ ਗਿਆ ਕਿ ਮੈਂ ਇਸਲਾਮ ਧਰਮ ਨੂੰ ਕਬੂਲ ਕਰਦਾ, ਅਤੇ ਤੂੰ ਕਿਉਂ ਨਹੀਂ ਮੰਨਦਾ। ਉਹਨੇ ਕਿਹਾ ਜੇ ਮੇਰਾ ਪਿਤਾ ਮੰਨਦਾ ਤਾਂ ਫਿਰ ਮੈਂ ਵੀ ਮੰਨ ਜਾਂਦਾ। ਅਤੇ ਫਿਰ ਪਿਤਾ ਨੂੰ ਜਾ ਕੇ ਦੱਸ ਦਿੱਤਾ, ਇਹ ਕੁਟਲਨੀਤੀ ਸੀ ਇੱਕ, ਪਿਤਾ ਨੂੰ ਜਾ ਕੇ ਕਹਿ ਦਿੱਤਾ ਸ਼ਵੇਕ ਸਿੰਘ ਤੇਰਾ ਪੁੱਤਰ ਮੰਨਦਾ ਹੈ ਕਿ ਮੈਂ ਇਸਲਾਮ ਨੂੰ ਧਾਰਨ ਕਰ ਲੈਂਦਾ, ਜੇ ਮੇਰੇ ਪਿਤਾ ਦੀ ਆਗਿਆ ਹੋਏਗੀ ਤਾਂ ਮੈਂ ਵੀ ਕਰ ਲਵਾਂਗਾ, ਤੂੰ ਆਪਣੇ ਪੁੱਤਰ ਨੂੰ ਕਿਉਂ ਨਿਹਾਕਾ ਮਾਰਦਾ। ਭਾਈ ਸ਼ਵੇਕ ਸਿੰਘ ਸਮਝ ਗਿਆ ਕਿ ਇਹ ਇੱਕ ਚਾਲ ਹੈ, ਕਿਸੇ ਐਸਾ ਕਰਮੀ ਨਾ ਹੋਵੇ ਕੋਈ ਕਿ ਮੇਰਾ ਪੁੱਤਰ ਸਿੱਖੀ ਦੇ ਵਿੱਚੋਂ ਬਿਦਾਵੀਆ ਹੋ ਜਾਵੇ, ਕਲੰਕਤ ਹੀ ਹੋ ਜਾਵੇ। ਕਹਿੰਦਾ ਲਿਆਓ ਮੇਰੇ ਪੁੱਤਰ ਨੂੰ ਮੇਰੇ ਸਾਹਮਣੇ ਲਿਆਓ, ਅਤੇ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ। ਅਤੇ ਇਤਿਹਾਸ ਕਹਿੰਦਾ ਕਿ ਸ਼ਹਿਬਾਜ਼ ਸਿੰਘ ਜਦੋਂ ਸ਼ਵੇਕ ਸਿੰਘ ਦੇ ਸਾਹਮਣੇ ਲਿਆਂਦਾ ਗਿਆ, ਅਤੇ ਸ਼ਵੇਕ ਸਿੰਘ ਨੇ ਅਰਦਾਸ ਕਰਕੇ ਕਿਹਾ, ਗੁਰੂ ਨਾਨਕ ਸਾਹਿਬ ਤੁਸੀਂ ਕਿਹਾ ਕਿ ਤੇਰੀ ਸੰਗਤਾਂ ਦੇ ਚਰਨਾਂ ਦੀ ਧੂੜ 'ਚ ਬੜੀ ਸ਼ਕਤੀ ਹੈ, ਅਤੇ ਇੱਥੇ ਸਾਡੇ ਕੋਲ ਤਾਂ ਕੋਈ ਸੰਗਤ ਨਹੀਂ ਹੈ, ਅਸੀਂ ਪਿਓ ਪੁੱਤਰ ਦੋਨੇ ਹੀ ਸੰਗਤਾਂ, ਆਪਣੇ ਚਰਨਾਂ ਦੇ ਵਿੱਚੋਂ ਆਪਣੇ ਪੈਰਾਂ 'ਚੋਂ ਆਪਣਾ ਜੋੜਾ ਉਤਾਰਿਆ, ਧਰਤੀ 'ਤੇ ਪੈਰ ਮਸਲਿਆ ਚੰਗੀ ਤਰ੍ਹਾਂ, ਅਤੇ ਜਿਹੜੀ ਪੈਰ ਨੂੰ ਮਿੱਟੀ ਲੱਗੀ, ਕਹਿੰਦੇ ਸ਼ਾਬਾਜ਼ ਮੇਰੇ ਨੇੜੇ ਆ। ਜਦੋਂ ਨੇੜੇ ਆਇਆ ਤਾਂ ਆਪਣੇ ਪੈਰ ਦੇ ਅੰਗੂਠੇ ਨਾਲ ਉਹਦੇ ਮਸਤਕ ਦੇ ਉੱਪਰ ਧੂੜ ਲਾਈ ਆਪਣੇ ਚਰਨਾਂ ਦੀ। ਜਾਓ ਕਹਿੰਦਾ ਹੁਣ ਇਹਨੂੰ ਮੁਸਲਮਾਨ ਬਣਾ ਕੇ ਦਿਖਾਓ। ਜਦੋਂ ਸ਼ਹਿਬਾਜ਼ ਸਿੰਘ ਨੂੰ ਪੁੱਛਿਆ ਤਾਂ ਫਿਰ ਕਿਹਾ, ਸ਼ਹਿਬਾਜ਼ ਸਿੰਘ ਤੂੰ ਇਸਲਾਮ ਮੰਨੇਗਾ? ਅਤੇ ਉਹਨੇ ਉੱਚੀ ਉੱਚੀ ਜੈਕਾਰੇ ਛੱਡੇ।
ते फिर कह दिता कि इन्हां नूं हुण चरखड़ियां ते चाड़ दिओ। चरखड़ियां ते मैं संखेप विच लियावां गल, चरखड़ियां तैयार कीतियां ते कहा गया ऐ ना करियो, पहला पुत्तर नूं चाड़ो। पुत्तर दा मोह बड़ा हुंदा पिता दे मन विच, जदों पुत्तर नूं बन्नोगे ना चरखड़ी ते ते पिता दीआं तहां निकल जाणगीआं, कहेगा कि ठीक है इहदा निकाह कर दिओ, इहनूं मुसलमान बना लो, इस्लाम विच ले आओ, धर्म तब्दील कर लो, कहेगा सारा कुछ। पर पुत्तर नूं जदों चरखड़ी ते बन्निआ ते रस्सियां दे नाल हथकड़ियां दे नाल सिंगलां दे नाल बन्निआ होइआ शिवेग सिंह वी, पर सामणे आ ते नाल अरदास कर रिहा ते कह रिहा पुत्रा डोली ना, ये धर्म तो कुरबान हो जाणा, एक बहुत वड्डी ये दात है गुरु की, ते मैं शब्द पढ़ूंगा जदों तक तेरे सवास चलते हुए तेरी रसना च बोल होया ते तू मेरे नाल शब्द पढ़ी ते वेखी फिर इहदी शक्ति की है ते इहदा नज़ारा की है। सब हैरान ने, काजी हैरान ने, जलाद हैरान ने भी इहो जिहा कुछ भी हुंदा। चरखड़ी ते बन्निआ पुत्तर, क्या कि अरदास की घुमाओ चरखड़ी भाई, अपना काम करो, तुसीं तुहानूं जो हुक्म है वह करो। उधरों चरखड़ी घूमन लगी ते उधरों शबेग सिंह ने शब्द पढ़िया, सारे पढ़ियो। शबेग सिंह ने कहा कि पुत्तर जदों तेरी छाती दे विच इह चरखड़ी दे किल चुभणगे, तेरी छाती चों उहारां निकलणगियां खून दियां, पर जदों तक तेरी जबान चलेगी तू चलदा रही मेरे नाल, ते इहदे नाल मैनू भी शक्ति मिलेगी, मैं तेरे पिछे ही आउणा। ते फिर कहा कि मैं शब्द पढ़दा, तुसीं पढ़िओ पढ़िओ भाई सारे। सिर जावे तां जावे साडा सिखी सिदक ना जावे, सिर जावे तां जावे साडा सिखी सिदक ना जावे, दो गेड़े दिते भाई शहबाज सिंह शहीद हो गया। क्या कि पुत्र की मौत पर यहोजे तराने पढ़न वाला सिख जो इनू चरखड़ी पर बन्ना गए इनू तां कलाएगी। भाई शबेग सिंह चरखड़ी पर बन लिया, कहिंदे हुण भी पढ़ेगा, कहिंदा हाँ हुण भी पढ़ांगा। गुरु नानक साहब ने कृपा की, कलगीधर महाराज ने कृपा की, तो हुण भी पढ़ेगा। जम जम के पढ़ांगा, जिन्ने वार तुसीं जुल्म करोगे मैं इस धरती ते आउंदा रहांगा ते इह तराने मैं पढ़दा रहांगा। साध संगत भाई शबेग सिंह नूं बन्निआ ते चड़खड़ी घुमाउण लगे ते उहने फिर पढ़िया, एक बारी फिर पढ़िओ, सिर जावे तां जावे मेरा सिखी सिदक ना जावे, सिर जावे तां जावे मेरा सिखी सिदक ना जावे, चरखड़ी दे कुछ गेड़े दिते भाई सात श्री अकाल। भाई शबेग सिंह भी शहीद हो गया। दोनों पुत्रां दीआं लाशां जिन्हां च चार चार इंच दोनों पासियां तो किल खुब्बे होए ने, लालियां लाशां, पर पछताउंदे ने जलाद भी, काजी भी, ते जियां खा भी किहड़ी कौम दे नाल असीं मत्था ला लिया। किन्नी क गल सी जे ये बच्चा नहीं सी मन्निआ ते ना मन्नदा, पर एडा वड्डा असी ये कुछ नहीं सी करना फिर तो पछतावा ही सी ना, गल्लां ही सी, पर जुल्म ते कीता ना। पर ये जुल्म नूं साध संगत जी सिख कौम ने किवें लिया, अरदास विच शामिल कर लिया। महाराज जिन्हां गुरु के सिखां ने बंद बंद कटवाए, खोपरियां लवाईआं, चरखड़ियां ते चढ़े, पर तेरा सिखी सिदक नहीं त्यागिया, उन्हां दी कमाई दा ध्यान धर के बोलो जी वाहेगुरु। उन्हां दी कमाई दा ध्यान धर के रोज़ वाहेगुरु बोलदे आ। अज उन्हां दा शहीदी दिहाड़ा है, आपां भी अपने, मैं कह के चला जावां, तुसीं सुन के चले जाओ, गल इन्नी कि नहीं, आपां भी अपने परिवारां विच अपने आप विच ये एक भरोसा रखिए कि गुरु कलगीधर महाराज ने सिखी बख्शी है सानूं, इस सिखी विच बड़ी ताकत है। जिन्हां गुरसिखां ने सिखां दे घरे जन्म लैके भी केस नहीं रखे, केस रखो, साध संगत खंडे बाटे दा अमृत छको, गुरबाणी पढ़ो। इत्थे ते आपां जमें ही वेले हाँ, बाडरां ते बैठे हाँ ना, जमें ही वेले हाँ, नितनेम करिया करो, बाणी पढ़िया करो,
साखियां पढ़िया करो, एक दूजे तो इतिहास सुनिया करो, साडे च शक्ति आवेगी ते फिर सानू यह भी एहसास होवेगा कि केंद्र सरकार होर जो मर्जी कर लवे, सानू बिठा छड़े जिन्ना बिठाउणा है, असी इत्थों फतेह याबी हासिल करके ही हिलांगे, फिर ये मन दे विच एहसास पक्का होवेगा। इस वास्ते साध संगत, ये ऐसी शहीदां दी कौम है जिन्हां शहीदां दा बल साडे नाल है, ते ये जिहड़ी एकता जिन्नियां साडियां जथेबंदियां 32 जथेबंदियां दी एकता ना, ये भी एक शक्ति आ, बहुत वड्डी शक्ति आ। साध संगत बहुत सारे देश दे विच महापंचायतां पंचायतां हो रही, कोई कितें कुछ कर रहा, कदे कोई कुछ कर रहा है, पर जिवें भंगू साहब ने कहा ना, जाओ कितें तुसीं ट्रेन च बह जाओ, हवाई जहाज च बह जाओ, पुछदे गल आ ही है भी किसानी मसला कदों लूगा, ये क्यों नहीं हुंदा, इस सरकार नूं दिक्कत की है, गल आ ही उठती है कि जिथे मर्जी तुर जाओ। असी धार्मिक स्थानां ते धार्मिक व्यक्तियां नाल धार्मिक शक्तियां दे नाल साडा वाह पैंदा रहिंदा, दूसरियां नाल भी दूसरे धर्मां नाल भी, वह भी पुछदे ने सरदार जी गल की है, मोदी साहब मनदे क्यों नहीं। मैं कहा भाई ये तो उन्हें पता हो, सानू तो पता भी असी डटे हुए हैं, लंगर चलते हैं, मेडिकल कैंप चलते ने, इत्थे तरह तरह की सेवा चलती है, नितनेम होंगे ने, जकारे छड़ते ने, संगतां बैठिया ने, कोई गल नहीं, जो उन्होंने अकल आएगी बन जाएगा। सो साध संगत, मैं आप जी का बहुत बहुत धन्यवादी हाँ जिन्होंने संगतों के दर्शन करवाए ने, पर आप डटे रहना है, गुरु साहब ने कृपा करनी है, गुरु साहब का नाम जरूर जपया करो, अरदास सारे पिंडां च हुंदी, सारे पिंडां च अरदास हुंदी है, भी आ जिहड़ा किसान मोर्चा ना, सारे पिंडां च नहीं सारी दुनिया च ही अरदास हुंदी भी इहनू फतेह जाबी बख्शियो, तो फिर क्यों ना फतेह मिलेगी आपां नूं भाई। उस अरदास का भी आपां नूं बहुत वड्डा आसरा है, वो अपने पिछे शक्ति है इक, इस वास्ते डटे रहना साडा कर्म धर्म ते फर्ज है, भुल्लां चुक्कां दी खिमां बख्शिश करनी। सरबत संगत गज के फतेह बुलाओ, वाहेगुरु जी का खालसा, वाहेगुरु जी की फतेह, वाहेगुरु।